ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ ਜੀ? ਸਾਰਿਆਂ ਦਾ ਠੀਕ ਠਾਕ ਹੋ ਸਾਰੇ? ਵੈਲਕਮ ਟੂ ਦਾ ਚੈਨਲ ਫੈਂਟਮ ਸਿੰਘ ਕੈਨੇਡਾ। ਅੱਜ ਦੀ ਵੀਡੀਓ ਦਾ ਟੋਪਿਕ ਜਿਹੜਾ ਬਹੁਤ ਹੀ ਜ਼ਰੂਰੀ ਟੋਪਿਕ ਲੱਗਾ ਜੀ ਮੈਨੂੰ ਇਸ ਟੋਪਿਕ 'ਤੇ, ਸ਼ਾਇਦ ਕੋਈ ਹੋਰ ਵੀਡੀਓਜ਼ ਹੈ ਨਹੀਂ ਯੂਟਿਊਬ 'ਤੇ। ਥੋੜ੍ਹੀ ਜਿਹੀ ਮੈਡੀਕਲ ਸਿਸਟਮ ਦੀ ਗੱਲ ਕਰਦਾ ਜੀ ਮੈਂ ਇੱਧਰ ਪਹਿਲਾਂ। ਸੋ ਅੱਜ ਦੀ ਵੀਡੀਓ ਹੈਗੀ ਆ ਜੀ ਕੈਨੇਡਾ ਦੇ ਹੈਲਥ ਕਾਰਡ 'ਤੇ। ਹੈਲਥ ਕਾਰਡ ਕੀ ਚੀਜ਼ ਆ ਅਤੇ ਕੀ ਬੈਨੀਫਿਟ ਆ, ਕਿਵੇਂ ਅਪਲਾਈ ਹੁੰਦਾ ਆ, ਕੀ ਫਾਇਦੇ ਨੇ ਇਹਦੇ, ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਹੁਣ ਡਿਸਕਸ ਕਰਦਾ। ਵੀਡੀਓ ਨੂੰ ਸਕਿੱਪ ਨਾ ਕਰਿਓ, ਦੇਖਿਓ ਵੀਡੀਓ ਪੂਰੀ ਦੇਖਣ ਵਾਲੀ ਆ। ਅਤੇ ਹੈਲਥ ਕਾਰਡ ਦਾ ਮੈਂ ਸੈਂਪਲ ਦਿਖਾ ਦੇਣਾ ਜੀ ਕਿਵੇਂ ਦਾ ਹੁੰਦਾ। ਅੰਟਾਰੀਓ ਦਾ ਜਿਵੇਂ ਹੈਲਥ ਕਾਰਡ ਆ, ਉਹਦੇ 'ਚ ਇੱਕ ਪਾਸੇ ਹੈਲਥ ਅਤੇ ਦੂਜੇ ਪਾਸੇ ਸੈਂਟੇ ਲਿਖਿਆ ਹੁੰਦਾ ਫਰੈਂਚ ਲੈਂਗੁਏਜ ਦੇ ਵਿੱਚ, ਅਤੇ ਯੂਨੀਕ ਕੋਡ ਨੰਬਰ ਲਿਖਿਆ ਹੁੰਦਾ ਨਾ ਇਹਦੇ 'ਤੇ। ਜਿੰਨੀ ਵਾਰ ਵੀ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੁੰਦੀ, ਤੁਸੀਂ ਆਪਣਾ ਹੈਲਥ ਕਾਰਡ ਉਹਨਾਂ ਨੂੰ ਦਿਖਾਉਣਾ ਹੁੰਦਾ। ਸਭ ਤੋਂ ਪਹਿਲਾਂ ਹੈਲਥ ਕਾਰਡ ਤੁਹਾਡਾ ਮੇਨ ਆ ਅਗਰ ਤੁਸੀਂ ਕੋਈ ਵੀ ਮੈਡੀਕਲ ਫੈਸਿਲਿਟੀ ਲੈਣੀ ਹੈ ਨਾ ਇੱਧਰ ਸਰਕਾਰ ਤੋਂ। 2-3 ਸਾਲ ਪਹਿਲਾਂ ਇਸ ਕਾਰਡ ਦੇ ਉੱਤੇ ਫੋਟੋ ਨਹੀਂ ਲੱਗੀ ਹੁੰਦੀ ਸੀਗੀ, ਸੋ ਕਈ ਵਾਰ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ ਕਾਰਡ ਦਾ, ਕਿਉਂਕਿ ਨੰਬਰ ਯੂਜ਼ ਕਰਕੇ ਅੱਗੇ ਤੋਂ ਅੱਗੇ ਇਹ ਯੂਜ਼ ਹੁੰਦਾ। ਸੋ ਉਹਨਾਂ ਨੇ ਹੁਣ ਫੋਟੋ ਆਈਡੀ ਨਾਲ ਲਾਉਣੀ ਸ਼ੁਰੂ ਕਰਤੀ। ਦੇਖੋ ਜੀ, ਜਿੰਨਾ ਚਿਰ ਤਾਂ ਆਪਾਂ ਹੁੰਦੇ ਸਟੂਡੈਂਟ ਹਨਾ, ਜਿਵੇਂ ਮੰਨ ਲਓ ਜੀ ਅਸੀਂ 2 ਸਾਲ ਦੀ ਪੜ੍ਹਾਈ ਲੈ ਕੇ ਆਏ ਹਾਂ, 2 ਸਾਲ ਦੇ ਵਿੱਚ 4 ਸਮੈਸਟਰ ਹੁੰਦੇ ਆ, 4 ਸਮੈਸਟਰਾਂ ਦੇ ਫੀਸਾਂ ਦੇ ਵਿੱਚ ਸਾਨੂੰ ਮੈਂਡੇਟਰੀ ਇੰਸ਼ੋਰੈਂਸ ਲੈਣੀ ਪੈਂਦੀ ਹੈ। ਤੁਸੀਂ ਵੀ ਦੇਖਿਆ ਹੋਣਾ, ਜਦੋਂ ਆਪਾਂ ਇੰਡੀਆ ਤੋਂ ਪਹਿਲੀ ਫੀਸ ਭਰਾਉਂਦੇ ਹਾਂ ਤਾਂ ਪਹਿਲੀ ਫੀਸ ਦੀ ਡਿਟੇਲ ਦੇ ਵਿੱਚ ਉੱਥੇ ਮੈਂਡੇਟਰੀ ਇੰਸ਼ੋਰੈਂਸ ਮੈਂਸ਼ਨ ਕੀਤੀ ਹੁੰਦੀ ਨਾ, ਉਹਦੇ ਪੈਸੇ ਉਹਨਾਂ ਨੇ ਫੀਸ ਦੇ ਵਿੱਚ ਹੀ ਲਏ ਹੁੰਦੇ ਆ ਸਾਡੇ ਕੋਲੋਂ। ਇਸੇ ਤਰ੍ਹਾਂ ਜਦੋਂ ਤੁਸੀਂ ਅਗਲੀਆਂ ਫੀਸਾਂ ਵੀ ਇੱਥੇ ਆ ਕੇ ਭਰਾਉਂਦੇ ਹੋ ਤਾਂ ਤੁਹਾਡਾ ਕਾਰਡ ਤੁਹਾਨੂੰ ਮਿਲਦਾ ਕਾਲਜ ਵੱਲੋਂ ਇੰਸ਼ੋਰੈਂਸ ਕਾਰਡ ਹੁੰਦਾ ਤੁਹਾਡਾ। ਕਹਿਣ ਦਾ ਮਤਲਬ ਵੀ 2 ਸਾਲ ਦੀ ਪੜ੍ਹਾਈ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਕਵਰੇਜ ਜਿਹੜੀ ਥਰਡ ਪਾਰਟੀ ਵੱਲੋਂ ਕਵਰ ਕੀਤੀ ਹੁੰਦੀ ਹੈ। ਉਦੋਂ ਬਾਅਦ ਜਦੋਂ ਤੁਸੀਂ ਵਰਕ ਪਰਮਿਟ 'ਤੇ ਆ ਗਏ, ਠੀਕ ਆ, ਹੁਣ ਐਲੀਜੀਬਿਲਟੀ ਦੀ ਗੱਲ ਕਰਨ ਲੱਗਾ ਵੀ ਕੌਣ ਕੌਣ ਐਲੀਜੀਬਲ ਆ ਨਾ ਅਤੇ ਹੈਲਥ ਕਾਰਡ ਵਾਸਤੇ। ਸਟੂਡੈਂਟ ਨੂੰ ਤਾਂ ਚਲੋ ਨਾਲ ਇੰਸ਼ੋਰੈਂਸ ਮਿਲ ਜਾਂਦੀ ਹੈ, ਸੋ ਹੈਲਥ ਕਾਰਡ ਦੀ ਉਦੋਂ ਲੋੜ ਵੀ ਨਹੀਂ ਮਹਿਸੂਸ ਹੁੰਦੀ ਅਤੇ ਉਦੋਂ ਹੈਲਥ ਕਾਰਡ ਬਣਦਾ ਵੀ ਨਹੀਂ ਸਟੂਡੈਂਟ ਦਾ। ਅਤੇ ਜਦੋਂ ਤੁਸੀਂ ਵਰਕ ਪਰਮਿਟ 'ਤੇ ਆ ਗਏ ਅਤੇ ਹੁਣ ਇਹਦੀ ਐਲੀਜੀਬਿਲਟੀ ਕੀ ਹੈ ਜੀ, ਤੁਹਾਡੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ, ਤੁਹਾਡੇ ਕੋਲ ਜੋਬ ਹੋਣੀ ਚਾਹੀਦੀ ਆ, ਤੁਹਾਡਾ ਇੰਪਲੋਇਰ ਤੁਹਾਨੂੰ ਐਟਲੀਸਟ 6 ਮਹੀਨੇ ਰੱਖਣ ਵਾਸਤੇ ਤਿਆਰ ਹੋਵੇ, ਇਹ ਕੰਡੀਸ਼ਨ ਆ। ਅਪਲਾਈ ਕਰਨ ਦਾ ਕੀ ਤਰੀਕਾ ਜੀ, ਇਹ ਔਨਲਾਈਨ ਨਹੀਂ ਅਪਲਾਈ ਹੁੰਦਾ ਜੀ, ਔਨਲਾਈਨ ਵੱਧ ਤੋਂ ਵੱਧ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ, ਸਰਵਿਸ ਅੰਟਾਰੀਓ ਜਾਣਾ ਪੈਂਦਾ। ਇੱਥੇ ਜਿਵੇਂ ਅੰਟਾਰੀਓ ਦੀ ਮੈਂ ਗੱਲ ਕਰਦਾ ਪਿਆ, ਸਰਵਿਸ ਅੰਟਾਰੀਓ ਜਾ ਕੇ ਤੁਹਾਨੂੰ ਆਪਣਾ ਵਰਕ ਪਰਮਿਟ ਜਾਂ ਜੋ ਵੀ ਤੁਹਾਡਾ ਸਟੇਟਸ ਹੈ, ਰਿਫਿਊਜੀ ਜਾਂ ਵਰਕ ਪਰਮਿਟ, ਵਿਜ਼ਿਟਰ ਨੂੰ ਨਹੀਂ ਮਿਲਦਾ, ਇਹ ਬਣਦਾ ਸਿਰਫ ਜਿਹੜੇ ਵਰਕ ਪਰਮਿਟ 'ਤੇ ਨੇ ਜਾਂ ਫਿਰ ਜਿਹੜੇ ਰਿਫਿਊਜੀ ਸਟੇਟਸ 'ਤੇ ਨੇ, ਜਿਨ੍ਹਾਂ ਨੂੰ ਕੈਨੇਡਾ ਬਾਰਡਰ ਏਜੰਸੀ ਨੇ ਰਿਫਿਊਜੀ ਦਾ ਸਟੇਟਸ ਦਿੱਤਾ ਹੋਇਆ, ਉਹ ਵੀ ਅਪਲਾਈ ਕਰ ਸਕਦੇ ਆ। ਤੁਹਾਡਾ ਪਾਸਪੋਰਟ ਹੋਣਾ ਚਾਹੀਦਾ, ਤੁਹਾਡੀ ਆਈਡੈਂਟੀ ਹੋਊਗੀ ਨਾ, ਤੁਹਾਡਾ ਲਾਇਸੈਂਸ ਹੋਣਾ ਚਾਹੀਦਾ, ਕਿਉਂਕਿ ਲਾਇਸੈਂਸ ਦੇ ਉੱਤੇ ਅੰਟਾਰੀਓ ਦਾ ਐਡਰੈਸ ਹੋਣਾ ਚਾਹੀਦਾ। ਜੇ ਤੁਸੀਂ ਅੰਟਾਰੀਓ ਦਾ ਕਾਰਡ ਬਣਵਾਉਣਾ ਹੈਲਥ ਕਾਰਡ, ਤਾਂ ਤੁਸੀਂ ਉਹਨਾਂ ਨੂੰ ਸ਼ੋਅ ਕਰਨਾ ਪੈਂਦਾ ਵੀ ਤੁਸੀਂ ਅੰਟਾਰੀਓ 'ਚ ਰਹਿੰਦੇ ਹੋ। ਜੇ ਤੁਹਾਡੇ ਕੋਲ ਆਹ ਚੀਜ਼ਾਂ ਹੈਗੀਆਂ, ਪਾਸਪੋਰਟ, ਵਰਕ ਪਰਮਿਟ, ਜੋਬ ਆਫਰ, ਦੈਨ ਯੂ ਆਰ ਐਲੀਜੀਬਲ ਫੋਰ ਅੰਟਾਰੀਓ ਹੈਲਥ ਕਾਰਡ। ਤੁਸੀਂ ਉੱਥੇ ਜਾਓ, ਉਹਨਾਂ ਨੇ ਤੁਹਾਡਾ ਰਾਈਟ ਵੇ ਅਪਰੂਵ ਕਰ ਦਿੰਦੇ ਆ, ਤੁਹਾਡੀ ਨਾਲ ਹੀ ਫੋਟੋ ਹੋ ਜਾਣੀ ਉੱਥੇ ਹੀ, ਤੁਹਾਨੂੰ ਨੰਬਰ ਜਿਹੜਾ ਐਟ ਦਾ ਮੂਮੈਂਟ ਮਿਲ ਜਾਣਾ ਕਈ ਥਾਵਾਂ 'ਤੇ, ਉਹਨੂੰ ਕੇਅਰ ਕਾਰਡ ਕਹਿ ਦਿੰਦੇ ਆ। ਅਤੇ ਅੰਟਾਰੀਓ ਦਾ ਜਿਹੜਾ ਹੈਲਥ ਕਾਰਡ ਜਿਹੜਾ ਬਣ ਜਾਂਦਾ ਨਾ, ਉਹ ਅੰਟਾਰੀਓ ਹੈਲਥ ਇੰਸ਼ੋਰੈਂਸ ਪਲੈਨ ਦੇ ਵਿੱਚ ਫੋਲ ਕਰ ਜਾਂਦਾ, ਯਾਨੀ ਕਿ ਉਹਨਾਂ ਦਾ ਸਾਰਾ ਟ੍ਰੀਟਮੈਂਟ ਦਾ ਖਰਚਾ ਅੰਟਾਰੀਓ ਹੈਲਥ ਇੰਸ਼ੋਰੈਂਸ ਪਲੈਨ ਦੇ ਅੰਡਰ ਕਵਰ ਹੁੰਦਾ ਆ। ਠੀਕ ਆ, ਪਹਿਲਾਂ ਮੈਂ ਫਾਇਦੇ ਦੀ ਗੱਲ ਕਰਦਾ ਜੀ ਇਸ ਕਾਰਡ ਦੇ ਫਾਇਦੇ ਕੀ ਹੈ ਨਾ। ਉਹ ਆਲਮੋਸਟ ਜਿਹਨਾਂ ਦਾ ਹੈਲਥ ਕਾਰਡ ਬਣਿਆ ਹੁੰਦਾ, ਆਲਮੋਸਟ ਉਹਨਾਂ ਨੂੰ ਸਾਰਾ ਖਰਚਾ ਜਿਹੜਾ ਫਰੀ ਹੁੰਦਾ, ਟ੍ਰੀਟਮੈਂਟ ਦਾ ਸਾਰਾ ਇਲਾਜ ਫਰੀ ਹੁੰਦਾ। ਤੁਹਾਨੂੰ ਕੋਈ ਐਮਰਜੈਂਸੀ ਪੈਂਦੀ ਆ, ਤੁਸੀਂ ਐਂਬੂਲੈਂਸ ਨੂੰ ਕਾਲ ਕਰਦੇ ਹੋ, ਐਂਬੂਲੈਂਸ ਦੇ ਚਾਰਜ ਤੁਹਾਡੇ ਫਰੀ ਹੁੰਦੇ ਆ। ਫਿਰ ਤੁਹਾਨੂੰ ਤੁਸੀਂ ਹੋਸਪਿਟਲ ਜਾਂਦੇ ਹੋ, ਹੋਸਪਿਟਲ 'ਚ ਤੁਹਾਡਾ ਟ੍ਰੀਟਮੈਂਟ ਹੁੰਦਾ, ਤੁਹਾਡੇ ਸਕੈਨਿੰਗਾਂ ਹੁੰਦੀਆਂ, ਤੁਹਾਡੇ ਐਕਸਰੇ ਹੁੰਦੇ ਆ ਜਾਂ ਹੋਰ ਤੁਹਾਡੇ ਟੈਸਟ ਹੁੰਦੇ ਆ, ਸਾਰੇ ਟੋਟਲੀ ਇਹਦੇ ਵਿੱਚ ਕਵਰ ਹੁੰਦੇ ਆ ਜੀ। ਫਿਰ ਦੈਨ ਤੁਸੀਂ ਹੋਸਪਿਟਲ 'ਚ ਸਟੇ ਕਰਦੇ ਹੋ 10 ਦਿਨ, 15 ਦਿਨ, 20 ਦਿਨ, ਜਿੰਨਾ ਟਾਈਮ ਮਰਜ਼ੀ, ਉਹ ਤੁਹਾਡਾ ਸਾਰਾ ਫਰੀ ਹੁੰਦਾ। ਜਿਹੜੀਆਂ ਚੀਜ਼ਾਂ ਨਹੀਂ ਕਵਰ ਹੁੰਦੀਆਂ ਉਹ ਹੈਗੇ ਆ ਜੀ, ਜਿਵੇਂ ਤੁਹਾਡੀ ਮੈਡੀਸਨ ਨਹੀਂ ਇਹਦੇ 'ਚ ਕਵਰ ਹੁੰਦੀ ਆ, ਤੁਹਾਡਾ ਟ੍ਰੀਟਮੈਂਟ ਸਾਰਾ ਫਰੀ ਹੋ ਜਾਂਦਾ, ਬਟ ਦਵਾਈਆਂ ਦੇ ਤੁਹਾਨੂੰ ਪੈਸੇ ਲੱਗਦੇ ਆ। ਅਤੇ ਸੀਨੀਅਰ ਸਿਟੀਜ਼ਨ ਨੂੰ ਕਹੋ, ਉਹ ਵੀ ਫਰੀ ਹੋ ਜਾਂਦਾ। ਸੀਨੀਅਰ ਸਿਟੀਜ਼ਨ ਜਿਹੜੇ ਹੈਗੇ ਨੇ ਉਹਨਾਂ ਨੂੰ ਮੈਡੀਕਲ ਵੀ ਫਰੀ ਹੋ ਜਾਂਦੇ, ਦਵਾਈਆਂ ਵੀ ਫਰੀ ਹੋ ਜਾਂਦੀਆਂ। ਅਤੇ ਦਵਾਈਆਂ ਤੋਂ ਇਲਾਵਾ ਜਿਹੜੇ ਐਡੀਸ਼ਨਲ ਚੀਜ਼ਾਂ ਆ ਗਈਆਂ, ਜਿਵੇਂ ਕਹਿ ਲਓ ਦੰਦਾਂ ਦਾ ਇਲਾਜ ਵੀ ਤੁਹਾਡਾ ਫਰੀ ਹੁੰਦਾ ਜੀ, ਜਿਹੜਾ ਹੋਸਪਿਟਲ 'ਚ ਹੋਣਾ, ਬਟ ਜਿਹੜਾ ਬਾਹਰ ਡੈਂਟਿਸਟ ਕੋਲ ਹੋਣਾ ਉਹਦੇ ਤੁਹਾਨੂੰ ਪੇ ਕਰਨੇ ਪੈਂਦੇ ਆ। ਇਸੇ ਤਰ੍ਹਾਂ ਹੀ ਅੱਖਾਂ ਦਾ ਵੀ ਤੁਹਾਡਾ ਇਹ 'ਚ ਕਵਰ ਹੁੰਦਾ ਜੀ, ਹੋਸਪਿਟਲ ਦੇ ਵਿੱਚ ਜਿਹੜਾ ਜ਼ਰੂਰੀ ਟ੍ਰੀਟਮੈਂਟ ਆ, ਪਤਾ ਵੀ ਜਿਹਦੇ ਬਿਨਾਂ ਨਹੀਂ ਸਰਨਾ ਨਾ, ਮਸਟ ਆ, ਉਹ ਤੁਹਾਡੇ ਉਹਦੇ 'ਚ ਕਵਰ ਹੁੰਦੇ ਆ। ਬਟ ਜਿਵੇਂ ਹੁਣ ਲੇਜ਼ਰ ਆਪਰੇਸ਼ਨ ਹੁੰਦਾ ਨਾ, ਐਨਕਾਂ ਹਟਾਉਣ ਵਾਲਾ, ਉਹ ਚੀਜ਼ਾਂ ਉਹ 'ਚ ਨਹੀਂ ਕਵਰ ਹੁੰਦੀਆਂ, ਕਿਉਂਕਿ ਉਹ ਐਡੀਸ਼ਨਲ ਫੀਚਰ ਆ ਗਿਆ ਵੀ ਤੁਸੀਂ ਉਹਦੇ ਬਿਨਾਂ ਸਰਦਾ। ਸੋ ਉਹ ਤੁਹਾਨੂੰ ਬਾਹਰ ਅਗਰ ਤੁਸੀਂ ਕਰਵਾਉਂਦੇ ਹੋ ਉਹਦਾ ਤੁਹਾਨੂੰ ਪੇ ਕਰਨਾ ਪੈਣਾ। ਅੱਖਾਂ ਦੇ ਇਲਾਜ 'ਚ ਤੁਹਾਨੂੰ ਐਨਕਾਂ ਜਾਂ ਲੈਂਸ ਲੂਨ ਜਿਵੇਂ ਲੈਣੇ ਪੈਂਦੇ ਆ, ਉਹ ਤੁਹਾਨੂੰ ਆਪ ਲੈਣੇ ਪੈਣੇ ਆ, ਕੋਈ ਅਸੈਸਰੀ ਲੈਣੀ ਪੈਂਦੀ ਆ ਨਾ, ਉਹ ਤੁਹਾਨੂੰ ਆਪ ਲੈਣੀ ਪੈਣੀ। ਇਹਦੇ ਵਿੱਚ ਜਿਵੇਂ ਤੁਹਾਡਾ ਫੈਮਿਲੀ ਡਾਕਟਰ ਆ, ਉਹਦੇ ਕੋਲ ਜਿੰਨੀਆਂ ਵਿਜ਼ਿਟਾਂ ਤੁਹਾਡੀਆਂ ਹੁੰਦੀਆਂ, ਤੁਸੀਂ ਕੁਛ ਨਹੀਂ ਕਰਨਾ, ਜਸਟ ਸ਼ੋ ਯੂਅਰ ਹੈਲਥ ਕਾਰਡ, ਤੁਹਾਨੂੰ ਹੈਲਥ ਕਾਰਡ ਦਿਖਾਉਣਾ ਪੈਂਦਾ ਆ, ਉਹ ਵੀ ਤੁਹਾਡਾ
ਕੈਨੇਡਾ ਦਾ ਸਿਸਟਮ ਆ ਹੈਲਥ ਸਿਸਟਮ ਉਹ ਯੂ ਐਸ ਏ ਤੋਂ ਵੀ ਉੱਪਰ ਮੰਨਿਆ ਜਾਂਦਾ ਅਮੈਰੀਕਾ ਦੇ ਮੈਡੀਕਲ ਸਿਸਟਮ ਨਾਲ ਵੀ ਇਹਨੂੰ ਵਧੀਆ ਸਿਸਟਮ ਕਹਿੰਦੇ ਨੇ ਆਲ ਇਨ ਆਲ ਕਹਿ ਲਓ ਵੀ ਜਿੰਨਾ ਮਰਜ਼ੀ ਮਹਿੰਗਾ ਇਲਾਜ ਹੋ ਜਾਵੇ ਤੁਹਾਡਾ ਸਾਰਾ ਫ੍ਰੀ ਹੋਊਗਾ ਕਿਉਂਕਿ ਜੀ ਉੱਦਾਂ ਇਲਾਜ ਇੱਥੇ ਬਹੁਤ ਮਹਿੰਗਾ ਜੇ ਉੱਦਾਂ ਇਲਾਜ ਬੰਦੇ ਨੂੰ ਕਰਾਉਣਾ ਪੈ ਜਾਵੇ ਤਾਂ ਬਹੁਤ ਪੈਸੇ ਲੱਗਣ ਹੈ ਨਾ ਹਜ਼ਾਰਾਂ ਹਜ਼ਾਰ ਡਾਲਰ ਲੱਗ ਜਾਂਦੇ ਆ ਜਿਹੜੇ ਵਰਕ ਪਰਮਿਟ 'ਤੇ ਆ ਜਾਂਦੇ ਆ ਉਹ ਐਸ ਸੂਨ ਐਸ ਪੋਸੀਬਲ ਆਪਣਾ ਕਾਰਡ ਅਪਲਾਈ ਕਰ ਦਿਆ ਕਰੋ ਮੈਂ ਦੇਖਿਆ ਜੀ ਕਈ ਕਈ ਬੰਦਿਆਂ ਨੂੰ 6-6 ਮਹੀਨੇ ਹੋ ਗਿਆ ਵਰਕ ਪਰਮਿਟ 'ਤੇ ਅਤੇ ਉਹਨਾਂ ਨੇ ਕਾਰਡ ਕੋਈ ਨਹੀਂ ਅਪਲਾਈ ਕੀਤਾ ਹੋਇਆ ਜਾਂ ਟੋਟਲੀ ਫ੍ਰੀ ਆ ਜੀ ਇਹਦੀ ਕੋਈ ਅਪਲਾਈ ਕਰਨ ਦੇ ਵੀ ਨਹੀਂ ਫੀਸ ਲੱਗਦੀ ਨਾ ਕੋਈ ਮਹੀਨੇ ਦਾ ਖਰਚ ਆਉਂਦਾ ਨਾ ਕੋਈ ਸਾਲ ਦੀ ਫੀਸ ਹੁੰਦੀ ਕੁਛ ਨਹੀਂ ਹੁੰਦਾ ਜਸਟ ਇੱਕ ਵਾਰ ਅਪਲਾਈ ਕਰੋ ਤੁਹਾਨੂੰ ਰੀਨਿਊ ਕਰਾਉਣਾ ਪੈਂਦਾ ਕਾਰਡ ਇੱਕ ਵਾਰ ਫੀਸਾਂ ਦਿੱਤੀਆਂ ਵੀ ਵਰਥ ਇਟ ਆ ਜਦੋਂ ਸਾਨੂੰ ਸਟੂਡੈਂਟ ਲਾਈਫ ਤੋਂ ਬਾਅਦ ਵਰਕ ਪਰਮਿਟ ਦੇ ਇਹੋ ਜਿਹੀਆਂ ਸਹੂਲਤਾਂ ਮਿਲਦੀਆਂ ਬਹੁਤ ਵਧੀਆ ਸਹੂਲਤਾਂ ਜੀ ਹੈਡਸ ਆਫ ਹੈ ਨਾ ਇੰਡੀਆ ਦੇ ਵਿੱਚ ਇਹ ਚੀਜ਼ ਪਤਾ ਨਹੀਂ ਕਦੋਂ ਹੋਣੀ ਆ ਜਾਂ ਹੋਊਗੀ ਵੀ ਕਿ ਨਹੀਂ ਹੈ ਨਾ ਠੀਕ ਹੈ ਜੀ ਸੋ ਵੀਡੀਓ ਦਾ ਐਂਡ ਕਰਦੇ ਹਾਂ ਖੁਸ਼ ਰਹੋ ਸਾਰੇ ਤੰਦਰੁਸਤ ਰਹੋ ਆਪਣੀ ਹੈਲਥ ਦਾ ਖਿਆਲ ਰੱਖੋ ਹੱਸਦੇ ਵੱਸਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਕਿਵੇਂ ਦੀ ਲੱਗੀ ਇਹ ਵਾਲੀ ਵੀਡੀਓ ਜੀ ਵਧੀਆ ਲੱਗੀ ਲਾਈਕ ਕਰ ਦਿਓ ਅਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਜੀ ਜੋ ਜੋ ਆਪਾਂ ਫੇਸ ਕੀਤਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਸਕੀਏ ਅਤੇ ਤੁਹਾਨੂੰ ਉਹਨਾਂ ਚੀਜ਼ਾਂ ਦਾ ਪਤਾ ਹੋਵੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ।